दोस्तों सानू हर रोज अपनी जिंदगी नू उत्पादक बनाने लई ऊर्जा की लोड़ हुंदी है अते ये ऊर्जा उदों प्राप्त कीती जा सकती है जदों तुसीं अपने दिन की शुरुआत कुछ वधिया विचार शब्दां जां कम्मां नाल करदे हां जिस तरह रोशनी नूं दूर करती है उसे तरह चंगे अते प्रेरणादायक विचार व्यक्ति के जीवन सफल बनाने अहम भूमिका निभाते हैं। सानू अपने टीचों सानू प्राप्त करने समर्पण सख्त मेहनत फोकस के नाल नाल प्रेरणा की लोड़ है। इसलिए दोस्तों तुहाडे टीचे नू प्राप्त करने विच तुहाडी मदद करेगा ये वीडियो जरूर देखियो जे वधिया लग्या ਤਾਂ ਅੱਗੇ ਵੀ ਸ਼ੇਅਰ ਕਰਿਓ ਅੱਗੇ ਨਹੀਂ ਕਿ ਤੁਹਾਡੀ ਹਾਰ ਹੋਈ ਹੈ ਸਗੋਂ ਇਹ ਜ਼ਰੂਰੀ ਹੈ ਕਿ ਤੁਸੀਂ ਉਸ ਤੋਂ ਵੀ ਬਾਅਦ ਫਿਰ ਉੱਠੇ ਬਾਅਦ ਫਿਰ ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਕਿਸਮਤ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ ਕਦੇ ਲਕੀਰਾਂ ਲਈ ਮਿਹਨਤ ਕਰੋ ਸਵੇਰ ਵੇਲੇ ਜੇ ਤੁਸੀਂ ਸਿਰਫ ਇੰਨਾ ਸੋਚ ਲਵੋ ਕਿ ਕੱਲ੍ਹ ਦੀਆਂ ਅਸਫਲਤਾਵਾਂ ਤੋਂ ਸਿੱਖਣਾ ਹੈ ਅਤੇ ਗਲਤੀਆਂ ਦੁਹਰਾਉਣੀਆਂ ਨਹੀਂ ਤਾਂ ਤੁਹਾਡੇ ਆਉਣ ਵਾਲੇ ਦਿਨ ਤੁਹਾਡੇ ਆਉਣ ਵਾਲੇ ਦਿਨ ਹੌਲੀ ਹੌਲੀ ਖੂਬਸੂਰਤ ਹੋ ਜਾਣਗੇ ਜਦੋਂ ਟੁੱਟਣ ਲੱਗੇ ਹੌਸਲਾ ਤਾਂ ਇੰਨਾ ਯਾਦ ਰੱਖਣਾ ਜਦੋਂ ਟੁੱਟਣ ਲੱਗੇ ਹੌਸਲਾ ਤਾਂ ਇੰਨਾ ਯਾਦ ਰੱਖਣਾ ਇਹਨਾਂ ਹੀ ਮਿਹਨਤ ਦੇ ਕਦੇ ਮੰਜ਼ਰ ਨਹੀਂ ਮਿਲਦੀ ਕਦੇ ਮੰਜ਼ਰ ਨਹੀਂ ਇੱਕ ਸਫਲ ਇਨਸਾਨ ਉਹੀ ਹੈ ਸਭ ਜੋ ਆਪਣੇ ਤੇ ਸੁੱਟੀਆਂ ਇੱਟਾਂ ਆਪਣੇ ਤੇ ਸੁੱਟੀਆਂ ਇੱਟਾਂ ਦੀ ਇੱਕ ਮਜ਼ਬੂਤ ਇਮਾਨ ਉਸਾਰ ਲਵੇ ਇਸ ਕਰਕੇ ਇਮਾਨ ਉਸਾਰ ਕਰਕੇ ਆਪਣੇ ਮਨ ਦੀ ਕਿਤਾਬ ਕਿਸੇ ਅਜਿਹੇ ਵਿਅਕਤੀ ਕੋਲ ਹੀ ਖੋਲੋ ਜਿਹੜਾ ਪੜ੍ਹਨ ਤੋਂ ਬਾਅਦ ਤੁਹਾਨੂੰ ਸਮਝ ਸਕੇ ਨਹੀਂ ਤਾਂ ਨਾ ਸਮਝੇ ਜੇਕਰ ਤੁਹਾਡਾ ਅੱਜ ਮੁਸ਼ਕਲਾਂ ਭਰਿਆ ਹੈ ਅੱਜ ਦਾ ਸਮਝ ਲਓ ਕਿ ਪਰਮਾਤਮਾ ਤੁਹਾਡੇ ਕੱਲ੍ਹ ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਹੈ ਬੇਹਿੰਤੀ ਨਹੀਂ ਜੋ ਸ਼ਿਕਵਾ ਕਰਨ ਮੁਕੱਦਰਾਂ ਦੀ ਬੇਹਿੰਤੀ ਨਹੀਂ ਸ਼ਿਕਵਾ ਕਰਨ ਮੁਕੱਦਰਾਂ ਦੇ ਉੱਗਣ ਵਾਲੇ ਉੱਗ ਪੈਂਦੇ ਹਨ ਪਾੜ ਕੇ ਸੀਨਾ ਪੱਥਰਾਂ ਦਾ ਇਸ ਕਰਕੇ ਸਖ਼ਤ ਮਿਹਨਤ ਕਰੋ ਅਤੇ ਵਧੀਆ ਵਿਚਾਰ ਰੱਖੋ